ਜਿੱਥੇ ਸਤਿਗੁਰ ਗਿਆਨਵਾਨ ਸਿੱਖਾਂ ਦੇ ਉੱਤੇ ਕਿਰਪਾ ਕਰਦਾ ਹੈ, ਉੱਥੇ ਭੋਲੇ ਭਾਲਿਆਂ ਨੂੰ ਵੀ ਲਾ ਕੇ ਰੱਖਦਾ ਇੱਕ ਨਾਲ, ਤੇ ਭੋਲਿਆਂ ਦੀ ਤਾਂ ਦੁਨੀਆਂ ਹੀ ਵੱਖਰੀ ਹੁੰਦੀ। ਮੈਂ ਕਈ ਵਾਰ ਹਾਸੇ ਦੀ ਗੱਲ ਕਰਦਾ ਹੁੰਦਾ, ਸਾਡੇ ਬਾਬਾ ਜੀ ਮਹਾਰਾਜ, ਸੰਤ ਬਾਬਾ ਕਰਨੈਲ ਦਾਸ ਜੀ ਮਹਾਰਾਜ ਕੋਲੇ ਨਾ ਇੱਕ ਮਾਈ ਆ ਗਈ, ਤੇ ਲੋਕ ਬੈਠੇ, ਲੋਕ ਕਹੀ ਜਾਣ, ਮਹਾਰਾਜ ਕਿਰਪਾ ਕਰੋ, ਮੇਰਾ ਪੁੱਤ ਬਿਮਾਰ ਹੈ, ਕੋਈ ਕਵੇ ਮੇਰੀ ਧੀ ਬਿਮਾਰ ਹੈ, ਕੋਈ ਕਵੇ ਮਹਾਰਾਜ ਮੈਂ ਬਿਮਾਰ ਹੈ, ਕੋਈ ਕਵੇ ਘਰ ਦੇ ਵਿੱਚ ਮਹਾਰਾਜ ਬਰਕਤ ਨਹੀਂ ਹੈ, ਤੇ ਇੱਕ ਮਾਈ ਬੈਠੀ ਤੇ ਬਾਬਾ ਜੀ ਕਹਿੰਦੇ ਪੁੱਤ ਤੂੰ ਦੱਸ ਧੀਏ ਕਿਵੇਂ ਆਈ ਹੈ? ਕਹਿੰਦੀ ਬਾਬਾ ਗੱਡੀ 'ਚ ਬੈਟਰੀ ਰਖਾਉਣੀ ਸੀ, ਕਿੱਥੋਂ ਰਖਾਈ ਹੈ? ਕੀ ਰਖਾਉਣੀ ਸੀ? ਉਹ ਜਿੰਨੀ ਸੰਗਤ ਸੀ ਨਾ, ਸਾਰੀ ਸੰਗਤ ਉਹਦੇ ਵੱਲ ਝਾਕਣ ਲੱਗ ਗਈ, ਤੇ ਉਹਦੇ ਵੱਲ ਝਾਕੀ ਇਹ ਕਿਹੜੀ ਆ ਗਈ ਬੈਟਰੀ ਵਾਲੀ? ਮਹਾਂਪੁਰਸ਼ ਫਿਰ ਉਹਨੂੰ ਹੱਸ ਕੇ ਕਹਿੰਦੇ ਬੀਬੀ ਕੀ ਕਹਿੰਦੀ ਪੁੱਤ? ਕਹਿੰਦੀ ਮਹਾਰਾਜ ਗੱਡੀ 'ਚ ਬੈਟਰੀ ਰਖਾਉਣੀ ਸੀ, ਕਿੱਥੋਂ ਰਖਾਈ? ਬਾਬਾ ਜੀ ਹੱਸ ਕੇ ਕਹਿੰਦੇ ਕਿੱਥੋਂ ਆਈ ਹੈ ਤੂੰ? ਕਹਿੰਦੀ ਮਹਾਰਾਜ ਬਠਿੰਡੇ ਵੱਲੋਂ ਆਈ ਹੈ। ਤੇ ਮਹਾਂਪੁਰਸ਼ ਹੱਸ ਕੇ ਕਹਿੰਦੇ ਆਏ ਕਰ ਪੁੱਤ, ਤੇਰੀ ਗੱਡੀ ਕਿੱਥੇ? ਕਹਿੰਦੀ ਗੱਡੀ ਤਾਂ ਇੱਥੇ ਹੀ ਹੈ। ਕਹਿੰਦੇ ਪਰ ਬਠਿੰਡੇ ਰਖਾ ਲਈ, ਤੇਰੇ ਨੇੜੇ ਪੈਂਦਾ ਹੈ। ਬਾਬਾ ਜੀ ਨੂੰ ਕਹਿੰਦੀ ਜੇ ਰਾਹ 'ਚ ਖੜ ਗਈ ਗੱਡੀ ਫੇਰ ਕੀ ਕਰੂੰ? ਭੋਲੇ ਬੰਦੇ ਤਾਂ ਦੁਨੀਆਂ ਹੀ ਨਿਕਲਦੀ ਹੈ। ਜਦੋਂ ਗਿਆ ਨਾ ਰਾਹ 'ਚ ਖੜ ਗਈ, ਤੇ ਬਾਬਾ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਧੀਆ ਆਏ ਕਰ, ਫਿਰ ਜਾਂਦੀ ਜਾਂਦੀ ਭਗਤੋਂ ਰਖਾ ਜਾ। ਤੇ ਬਾਬਾ ਜੀ ਨੂੰ ਕਹਿੰਦੇ ਹੁਣ ਤੂੰ ਕਹਿੰਦਾ ਤਾਂ ਮੈਂ ਬਠਿੰਡਿਓਂ ਵੀ ਰਖਾ ਦੂੰ, ਜੇ ਤੂੰ ਕਹਿੰਦਾ ਤਾਂ ਮੈਂ ਬਠਿੰਡਿਓਂ ਵੀ ਰਖਾ ਦੂੰ। ਬਾਬਾ ਜੀ ਕਹਿੰਦੇ ਗੱਲ ਤਾਂ ਚੰਗੀ ਹੈ, ਤੂੰ ਬਠਿੰਡਿਓਂ ਰਖਾ ਲਾ। ਤੇ ਬਾਬਾ ਜੀ ਨੂੰ ਕਹਿੰਦੀ ਨਹੀਂ ਮਹਾਰਾਜ, ਜੇ ਮੈਂ ਭਗਤੋਂ ਰਖਾ ਜਾਣਾ ਸੌਖੀ ਰਹੂੰਗੀ। ਬਾਬਾ ਜੀ ਕਹਿੰਦੇ ਹਾਂ ਬੀਬੀ ਜੀ ਵੀ ਗੱਲ ਠੀਕ ਹੈ, ਤੂੰ ਭਗਤੋਂ ਹੀ ਰਖਾ ਲਾ। ਕਹਿੰਦੀ ਨਾ ਮਹਾਰਾਜ, ਬਠਿੰਡਿਓਂ ਰਖਾ ਲਈਏ ਨਾ, ਨੇੜੇ ਹੈ, ਠੀਕ ਠੋਕ ਕਰਾਉਣੀ ਚੰਗੀ ਰਹੇਗੀ। ਤੇ ਬਾਬਾ ਜੀ ਫਿਰ ਉਹਨੂੰ ਕਹਿੰਦੇ ਹਾਂ ਤੂੰ ਬਠਿੰਡਿਓਂ ਰਖਾ ਲਾ। ਤੇ ਫਿਰ ਨਾ ਹੱਥ ਬੰਨ ਕੇ ਕਹਿੰਦੀ ਬੜੀ ਆਸ ਲੈ ਕੇ ਆਈ ਸੀ ਮੈਂ ਤਾਂ ਤੇਰੇ ਕੋਲ। ਬਾਬਾ ਜੀ ਕਹਿੰਦੇ ਉਹ ਕਿਵੇਂ? ਕਹਿੰਦੀ ਮਹਾਰਾਜ ਬੜੀ ਵਡਿਆਈ ਸੁਣੀ ਸੀ ਤੇਰੀ, ਬੜੀ ਆਸ ਲੈ ਕੇ ਆਈ ਸੀ ਕਿ ਮਹਾਂਪੁਰਸ਼ ਕੋਈ ਰਾਹ ਪਾ ਦੇਣਗੇ, ਤੂੰ ਤਾਂ ਕੋਈ ਰਾਹ ਹੀ ਨਹੀਂ ਪਾਉਂਦਾ। ਮਹਾਂਪੁਰਸ਼ ਹੱਸ ਕੇ ਕਹਿੰਦੇ ਬੀਬੀ ਰਾਹ ਮੈਂ ਨਹੀਂ ਪਾਉਂਦਾ ਕਿ ਰਾਹ ਤੂੰ ਨਹੀਂ ਪਾਉਂਦੀ? ਉਹਨਾਂ ਭੋਲੇ ਲੋਕਾਂ ਦੀ ਦੁਨੀਆਂ ਜਿਹੜੀ ਹੈ ਨਾ, ਇਹ ਨਿਰਾਲੀ ਹੁੰਦੀ ਹੈ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ, ਇਹੋ ਜਿਹੇ ਲੋਕ ਘੱਟ ਮਿਲ ਗਏ ਨੇ ਜਿਹਨਾਂ ਦੇ ਮਨਾਂ ਵਿੱਚ ਦੂਸਰੇ ਦੇ ਪ੍ਰਤੀ ਵੈਰ ਨਹੀਂ, ਵਿਰੋਧ ਨਹੀਂ, ਕ੍ਰੋਧ ਨਹੀਂ, ਹੰਕਾਰ ਨਹੀਂ, ਦਵੇਸ਼ ਨਹੀਂ, ਜਿਹੜੇ ਦੂਸਰੇ ਹੱਸਦੇ ਨੂੰ ਵੇਖ ਕੇ ਰੋਂਦੇ ਨਹੀਂ। ਤਾਂ ਅੱਜ ਕੱਲ੍ਹ ਇਹੋ ਜਿਹੇ ਵੀ ਮਿਲ ਜਾਂਦੇ ਕਿ ਦੂਜਾ ਹੱਸਦਾ ਹੋਵੇ ਨਾ, ਉਹਨਾਂ ਦੇ ਖੁਰਕ ਆਉਣ ਲੱਗ ਜਾਂਦੀ। ਆਖੋ ਸਤਨਾਮ, ਤਕਲੀਫ ਚ ਆ ਜਾਂਦੇ ਵਿਚਾਰੇ ਵੀ ਇਹ ਹੱਸਦਾ, ਉਹ ਹੱਸਦਾ ਉਹੀ ਹੈ ਜਿਹਦੇ ਨਜ਼ਰ ਹੋਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਜ਼ਰ ਕਰੇ। ਗੁਰੂ ਪਿਆਰੀ ਸਾਹਿਬ ਸੰਗਤ ਸਤਿਗੁਰੂ।